ਗਵਰਨਮੈਂਟ ਮਲਟੀ ਪਰਪਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਹਾਂ। ਇਹ ਸਕੂਲ ਪਟਿਆਲਾ ਵਿੱਚ ਹੈ ਅਤੇ ਮੈਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਹੈ। ਜੇ ਸਕੂਲ ਵਿੱਚ ਕੋਈ ਵੀ ਕੰਪੀਟੀਸ਼ਨ ਜਾਂ ਪਾਠ ਰਖਾਇਆ ਜਾਂਦਾ ਹੈ, ਉਹ ਪਾਠ ਸਕੂਲ ਵਿੱਚ ਕੰਪੀਟੀਸ਼ਨ ਹੁੰਦਾ ਹੈ, ਤਾਂ ਮੈਂ ਸਿੰਗਿੰਗ ਜਾਂ ਕੀਰਤਨ ਸਿੰਗਿੰਗ ਜਾਂ ਸ਼ਬਦ ਗਾਉਂਦਾ ਹਾਂ, ਅਤੇ ਪਾਠ ਰਖਾਇਆ ਹੁੰਦਾ ਉਦੋਂ ਵੀ ਸ਼ਬਦ ਗਾਉਂਦਾ। ਔਰ ਕਿਤੇ ਵੀ ਗੁਰਦੁਆਰੇ 'ਚ ਮੈਂ ਸ਼ਾਮ ਨੂੰ ਜਾਂਦਾ ਗਾ, ਉੱਥੇ ਵੀ ਕੀਰਤਨ ਕਰਾਉਂਦਾ, ਅਤੇ ਕਿਤੇ ਵੀ ਅਖੰਡ ਪਾਠ ਕਿਤੇ ਵੀ ਕਿਸੇ ਦੇ ਕਿਤੇ ਵੀ ਅਖੰਡ ਪਾਠ ਰਖਾਇਆ ਹੁੰਦਾ, ਮੈਂ ਕੀਰਤਨ ਕਰਦਾ ਉੱਥੇ ਜਾ ਕੇ। ਮੈਂ ਬਲਵੀਰ ਸਿੰਘ, ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਬਤੌਰ ਪ੍ਰਿੰਸੀਪਲ ਪਿਛਲੇ ਲਗਭਗ 4.5 ਸਾਲਾਂ ਤੋਂ ਕੰਮ ਕਰ ਰਿਹਾ। ਇਸ ਸਕੂਲ ਵਿੱਚ ਲਗਭਗ 1,350 ਬੱਚੇ, ਖਾਸ ਤੌਰ 'ਤੇ ਬੱਚੀਆਂ, ਆਪਣੀ ਵਿੱਦਿਆ ਹਰ ਸਾਲ ਲੈਂਦੀਆਂ ਨੇ। ਇਹ ਸਕੂਲ 8ਵੀਂ ਤੱਕ ਕੋ ਐਜੂਕੇਸ਼ਨ ਹੈ, ਇਹਦੇ ਵਿੱਚ ਮੁੰਡੇ ਵੀ ਦਾਖਲ ਕੀਤੇ ਜਾਂਦੇ ਹਨ। ਪੜ੍ਹਾਈ ਦੇ ਨਾਲ ਨਾਲ ਇਸ ਸਕੂਲ ਵਿਖੇ ਬਹੁਤ ਸਾਰੀਆਂ ਕੋ ਕਰਿਕੂਲਰ ਐਕਟੀਵਿਟੀਜ਼ ਨਾਲੋਂ ਨਾਲ ਚੱਲਦੀਆਂ ਹਨ। ਸਾਡੇ ਵਿਦਿਆਰਥੀ ਖੇਡਾਂ ਦੇ ਵਿੱਚ ਵੀ ਨੈਸ਼ਨਲ ਲੈਵਲ ਤੱਕ ਗਏ ਨੇ। ਇਸ ਦੇ ਨਾਲ ਹੀ ਸਾਡੇ ਸਕੂਲ ਦੇ ਵਿੱਚ ਜੋ ਸੱਭਿਆਚਾਰਕ ਪ੍ਰੋਗਰਾਮ ਹੈ, ਜਿਵੇਂ ਕਿ ਗਿੱਧੇ ਦੀ ਟੀਮ ਹੈ, ਭੰਗੜੇ ਦੀ ਟੀਮ ਹੈ, ਸਿੰਗਿੰਗ ਹੈ, ਉਹ ਵੀ ਟਾਈਮ ਟੂ ਟਾਈਮ ਮੁਕਾਬਲੇ ਕਰਵਾਏ ਜਾਂਦੇ ਨੇ। ਇਸੇ ਹੀ ਲੜੀ ਦੇ ਵਿੱਚ ਸਾਡੇ ਇੱਕ ਬਹੁਤ ਹੀ ਹਰਮਨ ਪਿਆਰੇ ਵਿਦਿਆਰਥੀ ਅਮਨਦੀਪ ਸਿੰਘ, ਜੋ ਕਿ 8ਵੀਂ ਦਾ ਸਟੂਡੈਂਟ ਹੈ, ਸਕੂਲ ਦੇ ਜਿੰਨੇ ਵੀ ਫੰਕਸ਼ਨ ਹੁੰਦੇ ਹਨ ਉਹਨਾਂ ਵਿੱਚ ਇਹ ਬਤੌਰ ਸੰਗੀਤਕਾਰ ਗੀਤ ਆਪਣੇ ਰੱਖਦੇ ਹਨ ਅਤੇ ਵਧੀਆ ਪੁਜੀਸ਼ਨਾਂ ਹਾਸਿਲ ਕਰਦੇ ਹਨ। ਬਹੁਤ ਸਾਰੀਆਂ ਸਟੇਜਾਂ ਦੇ ਉੱਤੇ ਇਹਨਾਂ ਨੇ ਆਪਣਾ ਗਾਣਾ ਗਾਇਆ ਔਰ ਵਧੀਆ ਪਰਫੋਰਮੈਂਸ ਦਿੱਤੀਆਂ ਨੇ, ਗੋਲਡ ਮੈਡਲ ਹਾਸਿਲ ਕੀਤੇ ਨੇ। ਹੁਣ ਇਹ ਇਸ ਸਾਲ ਕਿਸਮੇ ਕਿਤਨਾ ਹੈ ਦਮ ਮਲਟੀ ਟੈਲੈਂਟ ਸ਼ੋਅ ਜੋ DD ਪੰਜਾਬੀ ਉੱਤੇ ਚੱਲ ਰਿਹਾ, ਉਹਦੇ ਇੱਕ ਪਾਰਟੀਸਪੈਂਟ ਬਣੇ ਨੇ ਅਤੇ ਇਹਨਾਂ ਨੇ ਕਾਫੀ ਰਾਊਂਡ ਆਪਣੇ ਕਲੀਅਰ ਕਰ ਲਏ ਨੇ ਸਿੰਗਿੰਗ ਦੇ ਵਿੱਚ। ਸੋ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਹ ਸਾਡਾ ਵਿਦਿਆਰਥੀ ਸਿੰਗਿੰਗ ਦੇ ਵਿੱਚ ਟੌਪ ਪੁਜੀਸ਼ਨ ਹਾਸਲ ਕਰੇ, ਜਿਸ ਦੇ ਨਾਲ ਇਹ ਆਪਣੇ ਪੇਰੈਂਟਸ ਦਾ, ਸਾਡੇ ਸਕੂਲ ਦਾ, ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰੇ। ਜੋ DD ਪੰਜਾਬੀ ਦੇ ਉੱਤੇ ਕਿਸਮੇ ਕਿਤਨਾ ਹੈ ਦਮ ਮਲਟੀ ਟੈਲੈਂਟ ਸ਼ੋਅ ਚੱਲ ਰਿਹਾ ਹੈ, ਉਸ ਦੇ ਡਾਇਰੈਕਟਰ ਵਰਨ ਬਾਂਸਲ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ, ਜੋ ਕਿ ਸਕੂਲਾਂ ਦੇ ਵਿੱਚੋਂ ਟੈਲੈਂਟ ਲੱਭ ਕੇ ਪੂਰੇ ਨੈਸ਼ਨਲ ਲੈਵਲ ਦੇ ਉੱਤੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਰੀ ਦੁਨੀਆ ਨੂੰ ਦਿਖਾ ਰਹੇ। ਥੈਂਕ ਯੂ। I'm teaching in Multipurpose Girls School, Model Town, Patiala. And I'm a SS mistress. I'm teaching Aman. He's my favorite student. He's very intelligent. He's in study also and in co-curricular activities. Koi bhi inter-house competition ho raha hai. Aur kahin pe bhi interstate competitions mein he is participating. And especially in singing, he's very good. In assembly times, he used to speak. And he sing too good. Sabhi matlab isko jab sunte hai na, they feel ki hamara ye tansen hai in of our school. Vivesh isne abhi participate kiya hai ek reality show mein kisme kitna hai dam, and he cleared all the rounds, and probably I'm wishing ki he may win the finals also. Aur we say best of luck, wahan se win karke aaye, make us proud, our school proud, and our his parents proud.
ਸ਼੍ਰੀਕਾਲ ਜੀ, ਮੇਰਾ ਨਾਮ ਜਸਪ੍ਰੀਤ ਹੈ, ਮੈਂ 8ਵੀਂ ਡੀ ਜਮਾਤ ਵਿੱਚ ਪੜ੍ਹਦਾ। ਅਮਨਦੀਪ ਮੇਰਾ ਬੈਸਟ ਫਰੈਂਡ ਹੈ, ਇਹ ਪੜ੍ਹਾਈ 'ਚ ਬਹੁਤ ਵਧੀਆ ਹੈ, ਪੜ੍ਹਾਈ ਦੇ ਨਾਲ ਨਾਲ ਇਹਨੂੰ ਸਿੰਗਿੰਗ ਦਾ ਵੀ ਬਹੁਤ ਸ਼ੌਕ ਹੈ ਅਤੇ ਇਹ ਗਾਉਣ 'ਚ ਬਹੁਤ ਵਧੀਆ ਹੈ। ਇਹ ਕਿਸਮੇ ਕਿਤਨਾ ਹੈ ਦਾ ਮੁੱਚ ਪਾਰਟੀਸਪੇਟ ਕੀਤਾ ਅਤੇ ਮੈਂ ਰੱਬ ਅੱਗੇ ਇਹੀ ਅਰਦਾਸ ਕਰਦਾ ਕਿ ਕਿਸਮੇ ਕਿਤਨਾ ਹੈ ਦਮ ਦਾ ਫਾਈਨਲ ਅਮਨ ਜਿੱਤੇ ਸਾਡੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ। ਸਾਡਾ ਦੋਸਤ ਹੈ, ਅਸੀਂ 2-3 ਸਾਲਾਂ ਤੋਂ ਇਕੱਠੇ ਸ਼ਬਦ ਲਾਉਂਦੇ ਹਾਂ ਅਤੇ ਇਹਨਾਂ ਨੂੰ ਜਿਹੜਾ ਅਮਨਦੀਪ ਹੈ, ਇਹਨਾਂ ਨੂੰ ਬਹੁਤ ਸਿੰਗਿੰਗ ਦਾ ਵੀ ਬਹੁਤ ਸ਼ੌਕ ਆ ਅਤੇ ਅਸੀਂ ਬਹੁਤ ਬਾਹਰ ਕਿਤੇ ਪ੍ਰੋਗਰਾਮ ਲਾਉਣ ਵੀ ਗਏ ਹਾਂ, ਜਿੱਦਾਂ ਕਿ ਪ੍ਰਭਾਤ ਫੇਰੀਆਂ ਵਗੈਰਾ ਹੁੰਦੀਆਂ ਰਹਿੰਦੀਆਂ ਨੇ ਅਤੇ ਜਿਹੜੇ ਸਕੂਲ 'ਚ ਜਿਹੜੇ ਵੀ ਪ੍ਰੋਗਰਾਮ ਹੁੰਦੇ ਨੇ ਇਹ ਹਮੇਸ਼ਾ ਉਹਨਾਂ ਨੂੰ ਜਿੱਤਦੇ ਨੇ ਅਤੇ ਇਹਨਾਂ ਦੇ ਬਹੁਤ ਜ਼ਿਆਦਾ ਪ੍ਰਾਈਜ਼ ਵੀ ਨੇ ਸਿੰਗਿੰਗ 'ਚ ਅਤੇ ਸ਼ਬਦ ਵੀ ਇਹਨਾਂ ਦੇ ਬਹੁਤ ਜ਼ਿਆਦਾ ਪ੍ਰਾਈਜ਼ ਨੇ। ਇਹ ਇਹਨਾਂ ਦੀ ਆਵਾਜ਼ ਬਹੁਤ ਸੁਰੀਲੀ ਹੈ, ਇਹ ਬਹੁਤ ਚੰਗਾ ਗਾਉਂਦੇ ਨੇ ਅਤੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਹਮੇਸ਼ਾ ਰਿਆਜ਼ ਕਰਦੇ ਹਾਂ ਹਰ ਰੋਜ਼ ਅਤੇ ਅਸੀਂ ਮੈਂ ਇਹ ਅਰਦਾਸ ਕਰਾਂਗਾ ਕਿ ਕਿਸਮੇ ਕਿਤਨਾ ਹੈ ਦਮ 'ਚ ਸਾਡਾ ਦੋਸਤ ਅਮਨਦੀਪ ਜਿੱਤ ਗਿਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅਮਨਦੀਪ ਦੀ ਨਾਨੀ ਬੋਲਦੀ ਹਾਂ ਅਤੇ ਸਾਡੇ ਬੱਚੇ ਨੂੰ ਬਹੁਤ ਸ਼ੌਕ ਹੈ ਪੜ੍ਹਨ ਦਾ ਅਤੇ ਗਾਉਣ ਦਾ, ਸ਼ਬਦ ਬੋਲਣ ਦਾ। ਛੋਟਾ ਹੁੰਦਾ ਇਹਨੂੰ ਬਹੁਤ ਲੱਗਣਾ ਕਿ ਗੁਰੂ ਘਰ ਜਾਂਦਾ, ਗੁਰੂ ਘਰ ਜਾ ਕੇ ਇਹ ਆਪਣੇ ਆਪ ਹੀ ਹਰਮੋਨੀਅਮ ਲੈ ਕੇ ਕੀ ਲੱਗਿਆ ਰਹਿੰਦਾ, ਫਿਰ ਉੱਥੋਂ ਥੋੜ੍ਹੇ ਥੋੜ੍ਹੇ ਸ਼ਬਦ ਬੋਲਣ ਲੱਗ ਗਿਆ ਜੀ। ਇਹ ਸ਼ਬਦ ਬੋਲਦਾ ਬੋਲਦਾ ਉਸ ਤੋਂ ਬਾਅਦ ਇਹਨੂੰ ਗਾਣਿਆਂ ਦਾ ਹੋ ਗਿਆ ਜੀ, ਗਾਣੇ ਵੀ ਬੋਲਣ ਲੱਗ ਗਿਆ।
ਸਕੂਲ ਵਿੱਚ ਇਹ ਕੋਈ ਵੀ ਕੰਪੀਟੀਸ਼ਨ ਹੈ ਜੀ ਹਰ ਜਿੱਤ ਕੇ ਆਉਂਦਾ ਹੈ, ਹਰ ਕਲਾਸ ਦੇ ਵਿੱਚੋਂ ਅੱਛੇ ਅੱਛੇ ਨੰਬਰ ਲੈ ਕੇ ਪਾਸ ਹੁੰਦਾ ਜੀ ਇਹ। ਇਹਨੂੰ ਇੰਨਾ ਸ਼ੌਕ ਹੈ, ਘਰੇ ਵੀ ਇਹ ਬੈਠਾ ਚਾਹੇ ਇਕੱਲਾ ਹੀ ਬੈਠਾ ਫਿਰ ਵੀ ਇਹ ਗੁਣਗੁਣਾਉਂਦਾ ਰਹਿੰਦਾ ਜੀ, ਕਦੇ ਗਾਣਾ ਬੋਲਣ ਲੱਗ ਜਾਂਦਾ ਹੈ, ਕਦੇ ਸ਼ਬਦ ਬੋਲਣ ਲੱਗ ਜਾਂਦਾ ਹੈ, ਜੋ ਵੀ ਮਨ ਦੇ ਵਿੱਚ ਆਉਂਦਾ ਇਹ ਬੋਲਦਾ ਰਹਿੰਦਾ ਜੀ। ਅਤੇ ਸਾਨੂੰ ਸਾਡੇ ਬੱਚੇ 'ਤੇ ਬਹੁਤ ਮਾਣ ਹੈ, ਸਾਡਾ ਬੱਚਾ ਕੀ ਤਰੱਕੀਆਂ ਕਰੇ, ਸੱਚੇ ਪਾਤਸ਼ਾਹ ਇਹਨੂੰ ਵੱਡੀਆਂ ਉਮਰਾਂ ਕਰੇ, ਇਹਦੀਆਂ ਤਰੱਕੀਆਂ ਕਰੇ ਬਹੁਤ ਬਹੁਤ। ਅਤੇ ਹੁਣ ਸਕੂਲ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੈ ਇਹ ਵੱਧ ਚੜ੍ਹ ਕੇ ਹਿੱਸਾ ਲੈਂਦਾ, ਅੱਛੇ ਨੰਬਰ ਲੈ ਕੇ ਵੀ ਪੜ੍ਹਾਈ ਦੇ ਵਿੱਚੋਂ ਵੀ ਪਾਸ ਹੁੰਦਾ ਜੀ ਇਹ। ਕਿਸਮੇ ਕਿਤਨਾ ਹੈ ਦਮ ਪ੍ਰੋਗਰਾਮ ਦੇ ਵਿੱਚ ਸਾਡੇ ਬੱਚੇ ਨੇ ਹਿੱਸਾ ਲਿਆ ਹੈ ਅਤੇ ਪਾਰਟੀਸਪੇਟ ਕੀਤਾ ਇਹਨੇ ਗਾਉਣ ਦੇ ਵਿੱਚ। ਪਰਮਾਤਮਾ ਅੱਗੇ ਅਸੀਂ ਇਹੀ ਅਰਦਾਸ ਕਰ ਦਿਆਂਗੇ ਕਿ ਸਾਡਾ ਬੱਚਾ ਤਰੱਕੀਆਂ ਕਰੇ, ਵੱਧ ਚੜ੍ਹ ਕੇ ਹਿੱਸਾ ਲਵੇ ਕਿ ਫਾਈਨਲ ਦੇ ਵਿੱਚ ਸਿਲੈਕਟ ਹੋਵੇ, ਜਿੱਤ ਕੇ ਆਵੇ, ਸਾਡਾ ਨਾਮ ਰੋਸ਼ਨ ਕਰੇ। ਕਹਿੰਦੇ ਸਾਡਾ ਨਾਮ, ਸਾਡੀ ਕਲੋਨੀ ਦਾ, ਸਾਡਾ ਸਾਰਿਆਂ ਦਾ ਨਾਮ ਰੋਸ਼ਨ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਨਦੀਪ ਸਿੰਘ ਦੀ ਮੰਮੀ ਹਾਂ। ਮੇਰਾ ਬੇਟਾ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਸਕੂਲ ਵਿੱਚ ਪੜ੍ਹਦਾ ਹੈ। ਇਹਨੂੰ ਪੜ੍ਹਾਈ ਦੇ ਨਾਲ ਨਾਲ ਗਾਉਣ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਬਚਪਨ ਤੋਂ ਹੀ ਜਦੋਂ ਛੋਟਾ ਹੁੰਦਾ ਸੀ ਇਹਨੂੰ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਇਹ ਹਮੇਸ਼ਾ ਕੁਛ ਨਾ ਕੁਛ ਗਾਉਂਦਾ ਰਹਿੰਦਾ ਸੀ ਛੋਟਾ ਹੁੰਦਾ, ਜਾਂ ਸਿੰਗਰ ਦੇ ਕਿਸੇ ਗਾਣੇ ਜਾਂ ਫਿਰ ਕੋਈ ਫਿਲਮੀ ਗਾਣੇ, ਇਹਨੂੰ ਸ਼ੌਂਕ ਸੀ, ਇਹ ਬਚਪਨ ਤੋਂ ਗਾਉਂਦਾ ਆ ਰਿਹਾ। ਅਤੇ ਪੜ੍ਹਾਈ ਦੇ ਵਿੱਚ ਵੀ ਆਪਣਾ ਇਹ ਪੂਰੇ ਵਧੀਆ ਨੰਬਰ ਲੈ ਕੇ ਪਾਸ ਹੁੰਦਾ। ਇਹਨੂੰ ਪੜ੍ਹਨ ਦਾ ਅਤੇ ਸਿੰਗਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਸਕੂਲ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ, ਜਿਵੇਂ ਕੋਈ ਕੀਰਤਨ ਹੋਇਆ, ਧਾਰਮਿਕ ਆਪਣਾ ਕੋਈ ਆਇਆ ਫੰਕਸ਼ਨ, ਤਾਂ ਉਹਦੇ ਵਿੱਚ ਇਹ ਜ਼ਰੂਰ ਪਾਰਟੀਸਪੇਟ ਕਰਦਾ, ਕੀਰਤਨ ਕਰਦਾ। ਅਤੇ ਕੋਈ ਸੌਂਗ ਅਨੇ ਗਾਣਾ ਤਾਂ ਕੋਈ ਆਇਆ ਫੰਕਸ਼ਨ, ਤਾਂ ਉਹਦੇ ਵਿੱਚ ਇਹ ਸੌਂਗ ਦੇ ਵਿੱਚ ਵੀ ਭਾਗ ਲੈਂਦਾ। ਔਰ ਇਹ ਕਈ ਥਾਵਾਂ ਤੋਂ ਸ਼ੀਲਡਾਂ ਵੀ ਲੈ ਕੇ ਆਇਆ, ਜਿੱਤ ਕੇ ਲੈ ਕੇ ਆਇਆ ਇਹ। ਅਤੇ ਆਪਣਾ ਜਦੋਂ ਇਹ ਸਕੂਲੋਂ ਆਉਂਦਾ ਜਾਂ ਕਿਤੇ ਵੀ ਬਾਹਰ ਵੀ ਹੁੰਦਾ, ਤਾਂ ਇਹ ਹਮੇਸ਼ਾ ਗੁਣਗੁਣਾਉਂਦਾ ਰਹਿੰਦਾ। ਇਹ ਹਮੇਸ਼ਾ ਗਾਣੇ ਗਾਉਂਦਾ ਰਹਿੰਦਾ ਆਪਣਾ। ਅਤੇ ਸ਼ਾਮ ਦੇ ਟਾਈਮ ਵੀ ਇਹ ਆਪਣਾ ਗੁਰਦੁਆਰਾ ਸਾਹਿਬ ਜਾ ਕੇ ਕੀਰਤਨ ਕਰਦਾ। ਨਾਲੇ ਦੇ ਬੱਚੇ ਵੀ ਨੇ, ਦੋਸਤ ਜਿਹੜੇ ਸਾਰੇ ਬੈਠ ਕੇ ਆਪਣਾ ਕੀਰਤਨ ਕਰਦੇ ਨੇ। ਤਬਲਾ ਵਜਾਉਂਦਾ ਇੱਕ ਬੱਚਾ ਹਾਰਮੋਨੀਅਮ, ਢੋਲਕੀ, ਸਭ ਬੱਚੇ ਸਾਰੇ ਰਲ ਕੇ ਕੀਰਤਨ ਕਰਦੇ ਨੇ ਸ਼ਾਮ ਦੇ ਟਾਈਮ। ਇਹਨੂੰ ਮਤਲਬ ਬਹੁਤ ਜ਼ਿਆਦਾ ਸ਼ੌਂਕ ਹੈ ਕੀਰਤਨ ਦਾ ਵੀ, ਆਪਣਾ ਪੂਰਾ ਇਹ ਉੱਧਰ ਵੀ ਇਹਦੇ ਪੂਰੀ ਲਗਨ ਹੈ। ਮੇਰੇ ਬੇਟੇ ਅਮਨਦੀਪ ਸਿੰਘ ਨੇ ਕਿਸਮੇ ਕਿਤਨਾ ਹੈ ਦਮ ਸ਼ੋਅ ਵਿੱਚ ਪਾਰਟੀਸਪੇਟ ਕੀਤਾ ਹੈ ਸਿੰਗਿੰਗ ਵਿੱਚ, ਅਤੇ ਉਹਦੇ ਕਾਫੀ ਸਾਰੇ ਰਾਊਂਡ ਹੋ ਚੁੱਕੇ ਨੇ। ਹਾਂਜੀ, ਮੈਂ ਪਰਮਾਤਮਾ ਅੱਗੇ ਇਹੀ ਦੁਆ ਕਰਦੀ ਹਾਂ ਕਿ ਇਹ ਫਾਈਨਲ ਜਿੱਤ ਕੇ ਆਵੇ ਅਤੇ ਆਪਣੇ ਸਕੂਲ ਦਾ ਅਤੇ ਘਰਦਿਆਂ ਦਾ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰੇ। ਸ਼ੋਅ ਦੇ ਡਾਇਰੈਕਟਰ ਵਰਮ ਬੰਸਲ ਜੀ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਬੱਚੇ ਦਾ ਬੱਚੇ ਵਿੱਚੋਂ ਟੈਲੈਂਟ ਦੇਖਿਆ ਅਤੇ ਉਹਨੂੰ ਸਿਲੈਕਟ ਕੀਤਾ। ਮੈਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਸ਼ੁਕਰੀਆ ਕਰਦੀ ਹਾਂ। ਮੇਰਾ ਪਰਿਵਾਰ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਮੇਰੇ ਬੱਚੇ 'ਚ ਟੈਲੈਂਟ ਦੇਖ ਕੇ ਉਹਨੂੰ ਸਿਲੈਕਟ ਕੀਤਾ ਅਤੇ ਅੱਗੇ ਵਧਿਆ। ਧੰਨਵਾਦ। ਚਿੱਡੀ ਦੀ ਪੂਰੀ ਟੀਮ ਆਈ ਸੀ। ਉਸ ਵਿੱਚ ਸਵੇਰੇ ਅਸੈਂਬਲੀ 'ਚ ਦੱਸਿਆ ਸੀ ਪ੍ਰਿੰਸੀਪਲ ਸਰ ਨੇ, ਉਹਨਾਂ ਦੀ ਟੀਮ ਨੇ ਵੀ ਇਹ ਕੇ ਐੱਚ ਡੀ ਇੱਕ ਰਿਐਲਿਟੀ ਸ਼ੋਅ ਹੈ, ਇਸ ਵਿੱਚ ਡਾਂਸ ਸਿੰਗਿੰਗ ਕੁਛ ਵੀ ਕਰ ਸਕਦੇ ਹਾਂ। ਮੈਨੇ ਸਿੰਗਿੰਗ ਵਿੱਚ ਭਾਗ ਲਿਆ, ਮੈਨੇ ਕਾਫੀ ਸਾਰੇ ਰਾਊਂਡ ਪੂਰੇ ਕਰ ਲਏ। ਮੈਂ ਰੱਬ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਆਪਣੇ ਮਾਤਾ ਪਿਤਾ ਦਾ ਨਾਮ ਆਪਣੇ ਪਟਿਆਲੇ ਦਾ ਰੋਸ਼ਨ ਕਰਾਂ, ਸਕੂਲ ਦਾ ਵੀ ਫਾਈਨਲ ਜਿੱਤ ਗਿਆ ਹਾਂ। ਥੈਂਕ ਯੂ। ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਧੰਨ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ,
ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਦਲੀਪ ਸਿੰਘ ਅਤੇ ਮੈਂਬਰ ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੋ ਕਿ ਇਹ ਸਾਡੇ ਕਾਕਾ ਜੀ ਅਮਨਦੀਪ ਸਿੰਘ ਜੋ ਸਾਡੇ ਗੁਰਦੁਆਰਾ ਸਾਹਿਬ ਸ਼ੁਰੂ ਤੋਂ ਛੋਟੇ ਹੁੰਦੇ ਛੋਟੇ ਬਚਪਨ ਤੋਂ ਹੀ ਸਾਡੇ ਗੁਰਦੁਆਰਾ ਸਾਹਿਬ ਆਉਂਦੇ ਨੇ ਅਤੇ ਸਾਡੇ ਜਿੰਨੇ ਵੀ ਕੀਰਤਨ ਦਰਬਾਰ ਕੀਰਤਨ ਨਗਰ ਕੀਰਤਨ ਜਿੰਨੇ ਵੀ ਨਿਕਲਦੇ ਨੇ ਉਹਦੇ ਵਿੱਚ ਹਿੱਸਾ ਲੈਂਦੇ ਨੇ। ਹੋਰ ਵੀ ਜਿੱਥੇ ਜਿੱਥੇ ਵੀ ਗਏ ਨੇ ਇਹ ਦਸ਼ਮੇਸ਼ ਅਕੈਡਮੀ ਦੇ ਵਿੱਚ ਵੀ ਇਨਾਮ ਲੈ ਕੇ ਆਏ ਨੇ। ਹੋਰ ਜਿੱਥੇ ਵੀ ਜੇ ਕੋਈ ਕੰਪੀਟੀਸ਼ਨ ਹੋਇਆ ਉਹਦੇ ਵਿੱਚ ਇਹਨਾਂ ਨੇ ਪਹਿਲਾ ਨੰਬਰ ਹਾਸਿਲ ਕੀਤਾ ਹੈ ਅਤੇ ਸਾਨੂੰ ਬੜਾ ਮਾਣ ਹੈ ਇਸ ਬੱਚੇ 'ਤੇ ਜੋ ਸਾਡੀ ਕਲੋਨੀ ਦੇ ਵਿੱਚ ਇਹ ਸਥਿਤ ਹੈ। ਅਤੇ ਇਹਨਾਂ ਨੂੰ ਸ਼ਬਦ ਕੀਰਤਨ ਦੇ ਨਾਲ ਵੀ ਬਾਬਾ ਜੀ ਨੇ ਸਾਡੇ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਇਹਨਾਂ ਨੇ ਜੋੜਿਆ ਹੈ ਅਤੇ ਇਹ ਤਬਲਾ ਵੀ ਬਹੁਤ ਸੋਹਣਾ ਵਜਾ ਲੈਂਦੇ ਨੇ, ਹਾਰਮੋਨੀਅਮ ਵੀ ਬਹੁਤ ਸੋਹਣਾ ਵਜਾ ਲੈਂਦੇ ਨੇ ਅਤੇ ਹੋਰ ਵੀ ਇਹਨਾਂ ਵੱਲ ਦੇਖ ਕੇ ਬੱਚਿਆਂ ਨੂੰ ਬੜਾ ਉਤਸ਼ਾਹ ਹੋ ਰਿਹਾ। ਜਿਸ ਪ੍ਰੋਗਰਾਮ ਦੇ ਵਿੱਚ ਕਿਸਮੇ ਕਿਤਨਾ ਹੈ ਦਮ ਇਹਦੇ ਵਿੱਚ ਹਿੱਸਾ ਲਿਆ ਸੀ, ਅਸੀਂ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡਾ ਬੱਚਾ ਇਹ ਜਿੱਤ ਕੇ ਆਵੇ ਫਾਈਨਲ ਦੇ ਵਿੱਚ ਅਤੇ ਸਾਡਾ ਬੱਚਾ ਜਿਹੜਾ ਹੈ ਅੱਗੇ ਆਵੇ। ਸਭ ਤੋਂ ਅਸੀਂ ਗੁਰੂ ਸਾਹਿਬ ਅੱਗੇ ਇਹੋ ਹੀ ਬੇਨਤੀ ਅਰਦਾਸ ਜੋਧੜੀ ਕਰਦੇ ਹਾਂ ਕਿ ਸਾਡਾ ਕਾਕਾ ਜਿਹੜਾ ਅਮਨਦੀਪ ਸਿੰਘ ਸਾਡੀ ਕਲੋਨੀ ਦੇ ਵਿੱਚ ਇਹ ਸਾਡਾ ਬੱਚਾ ਇਹਦੇ ਵਿੱਚ ਨਿਪੁੰਨ ਹੋ ਕੇ ਪਹਿਲੇ ਨੰਬਰ 'ਤੇ ਆਵੇ ਅਤੇ ਜਿਹਦੇ ਨਾਲ ਕਲੋਨੀ ਦਾ ਘਰਦਿਆਂ ਦਾ ਅਤੇ ਸਾਡੀ ਸਾਧ ਸੰਗਤ ਦਾ ਮਾਣ ਵਧੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਇਹਦੇ ਨਾਲ ਹੀ ਸ਼ੋਅ ਦੇ ਡਾਇਰੈਕਟਰ ਸ਼੍ਰੀ ਵਰੁਣ ਬੰਸਲ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਾਨੂੰ ਸ਼ੋਅ ਵਿੱਚ ਇੱਕ ਮੌਕਾ ਦਿੱਤਾ।